ਡਾਕਟਰ ਸੰਦੀਪ ਗਰਗ ਅਤੇ IPS ਸੀਨੀਅਰ ਪੁਲਿਸ ਕਪਤਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਹਕੋਟ ਨਾਕਾਬੰਦੀ ਦੌਰਾਨ ਇੱਕ ਕਾਰ ਵਿੱਚ ਤਿੰਨ ਨੌਜਵਾਨਾਂ ਕੋਲੋਂ 11 ਕਿਲੋ ਹੈਰੋਇਨ ਅਤੇ 11 ਲੱਖ ਰੁਪਏ ਕੈਸ਼ ਬਰਾਮਦ ਕੀਤਾ ਗਿਆ ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 313 ਦੇ ਤਹਿਤ ਥਾਣਾ ਸ਼ਾਹਕੋਟ ਵਿੱਚ ਕੇਸ ਦਰਜ ਕੀਤਾ ਗਿਆ। ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਨੇ ਜੰਗ ਛੇੜੀ ਹੈ ਉਹਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 11 ਕਿਲੋ ਹੈਰੋਇਨ ਜਿਹੜਾ ਫੜਿਆ ਗਿਆ ਅਤੇ ਉਹ ਤੋਂ 11 ਕਿਲੋ ਹੈਰੋਇਨ ਪਲੱਸ ਕਰੀਬ 11.25 ਲੱਖ ਰੁਪਿਆ ਕਰੰਸੀ ਡਰੱਗ ਮਨੀ ਜਿਹੜੀ ਹੈਗੀ ਹੈ ਪਲੱਸ ਇੱਕ I-20 ਗੱਡੀ ਜਿਹੜੀ ਹੈਗੀ ਉਹ ਬਰਾਮਦ ਹੋਈ ਹੈ। ਇਹ ਵੱਡੇ ਪੱਧਰ 'ਤੇ ਬਾਰਡਰ ਏਰੀਆ ਦੇ ਵਿੱਚ ਅਤੇ ਦੁਆਬੇ ਏਰੀਆ ਦੇ ਵਿੱਚ ਜ਼ਿਆਦਾਤਰ ਤਾਂ ਸਮਗਲਿੰਗ ਕਰਦੇ ਨੇ ਅਤੇ ਡਰੱਗ ਦੀ ਜਿਹੜੀ ਸਪਲਾਈ ਕਰਦੇ ਹੈ ਅਤੇ ਇਹ ਲਾਰਜ ਕੁਆਂਟਿਟੀਜ਼ ਦੇ ਵਿੱਚ ਹੀ ਸਪਲਾਈ ਕਰਦੇ ਕਰੀਬ ਇੱਕ ਕਿਲੋ। ਸਰ ਕਿੱਥੋਂ ਲੈ ਕੇ ਆਏ ਸੀ, ਕਿੱਥੇ ਲੈ ਕੇ ਜਾਣੀ ਸੀ? ਇਹ ਫਿਰੋਜ਼ਪੁਰ ਏਰੀਆ ਤੋਂ ਲੈ ਕੇ ਆਏ ਸੀਗੇ, ਅੱਗੇ ਇਹਨਾਂ ਨੇ ਸਾਰੇ ਦੁਆਬੇ ਅਤੇ ਮਾਝੇ ਦੇ ਵਿੱਚ ਹੀ ਸਪਲਾਈ ਕਰਨੀ ਸੀਗੀ ਜਿਵੇਂ ਕਿ ਫਿਲਹਾਲ ਇਹ ਜਿਵੇਂ ਲੁਧਿਆਣੇ ਏਰੀਆ ਵੱਲ ਨੂੰ ਜਾ ਰਹੇ ਸੀਗੇ ਅਤੇ ਇਹ ਅਕਰੋਸ ਦਾ ਬਾਰਡਰ ਜਿਹੜੀ ਹੈਗੀ ਹੈ ਇਹ ਹਜੇ ਸਾਨੂੰ ਪ੍ਰੀਲਿਮਿਨਰੀ ਸਾਡੀ ਇਨਵੈਸਟੀਗੇਸ਼ਨ ਤੋਂ ਅਕਰੋਸ ਦਾ ਬਾਰਡਰ ਤੋਂ ਆਈ ਹੈ ਜਾਂ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਪਰਚਾ? ਇਹ ਹਜੇ ਤੱਕ ਇਹਨਾਂ ਦਾ ਕੋਈ ਪਰਚਾ ਸਾਹਮਣੇ ਨਹੀਂ ਆਇਆ ਤਾਂ ਪਹਿਲੀ ਵਾਰੀ ਫੜੇ ਗਏ ਲੱਗਦੇ, ਪਰ ਹਜੇ ਡਿਟੇਲ ਸਾਡੀ ਪੁੱਛ ਕੇ ਜਾ ਰਹੀ ਹੈ, ਹੋ ਸਕਦਾ ਕੁਝ ਹੋਰ ਪਰਚੇ ਹੋਣ ਜਿਹੜੇ ਸਾਹਮਣੇ ਆਉਣਗੇ ਇਨਵੈਸਟੀਗੇਸ਼ਨ। ਹੋ ਗਈ, ਇਹਨਾਂ ਨੂੰ ਕਿੰਨੀ ਕੁ ਦੇਰ ਤੋਂ ਇਹ ਕੰਮ ਕਰ ਰਿਹਾ ਹੈ? ਇਹ ਹਜੇ ਡਿਟੇਲ 'ਚ ਕਰ ਰਹੇ ਹਾਂ ਜੀ, ਹਜੇ ਤਾਂ ਪਹਿਲੀ ਵਾਰੀ ਸਾਡੀ ਜਾਂਚ ਦੇ ਮੁਤਾਬਕ ਤਾਂ ਪਹਿਲੀ ਵਾਰੀ ਫੜੇ ਗਏ ਤਾਂ ਹੋ ਸਕਦਾ ਪਤਾ ਨਹੀਂ ਕਿੰਨੇ ਟਾਈਮ ਤੋਂ ਇਹ ਕਰ ਰਹੇ ਹੋਣਗੇ, ਪਰ ਇਹ ਹੁਣ ਲੈਬ ਹੋ ਗਏ ਨੇ ਤਾਂ ਡਿਟੇਲ 'ਚ ਇਹਨਾਂ ਦੀ ਪੁਰਾਣੇ ਜਿੰਨੇ ਵੀ ਇਹਨਾਂ ਨੇ ਸਮਗਲ ਕੀਤੇ ਉਹ ਸਾਰੇ ਸਾਹਮਣੇ ਆ। ਕਿੰਨਾ ਸਪਾਂਸ ਇਹਨਾਂ ਦਾ? ਇਹਨਾਂ ਕੋਲ 11 ਕਿਲੋ ਦੀ ਡੀਡੀ ਸਾਡੇ ਸਾਡੇ ਕੋਲ ਰਿਕਵਰੀ ਹੋਈ ਤੇ ਕਿੰਨੇ ਦਾ ਵੇਚ ਚੁੱਕੇ ਆ ਤੇ ਕਿੰਨੇ ਇਹਨਾਂ ਨੇ ਪੇਮੈਂਟ ਲੈਣ ਵਾਲੀ? ਇਹ ਕਰੀਬ ਜਿਹੜਾ ਹੈਗਾ 20 ਕਿਲੋ ਦੇ ਆਸ-ਪਾਸ ਇਹ ਸਮਾਨ ਕਹਿੰਦੇ ਸੀ ਅਸੀਂ ਲੈ ਕੇ ਆਏ, 11 ਕਿਲੋ ਇਹ ਸਾਡੇ ਕੋਲ ਰਿਕਵਰ ਹੋ ਗਿਆ ਤੇ 9 ਕਿਲੋ ਇਹ ਕਿਤੇ ਨਾ ਕਿਤੇ ਪਹਿਲਾਂ ਹੀ ਵੇਚ ਚੁੱਕੇ ਨੇ। ਤੇ ਜਿਹੜੇ ਪੈਸੇ ਫੜਿਆ ਉਹ ਕਿੰਨਾ ਪੈਸਾ? ਇਹ 11.25 ਲੱਖ। ਤੇ ਪੇਮੈਂਟ ਸਾਰੀ? ਹਾਂਜੀ, ਪੇਮੈਂਟ ਜਿਹੜੀ ਆ ਉਹ ਸਾਰੀ ਇਹਨਾਂ ਦੀ ਇੰਨੀ 9 ਕਿਲੋ ਦੀ ਹੀ ਪੇਮੈਂਟ ਸੀਗੀ? ਨਹੀਂ ਨਹੀਂ ਨਹੀਂ, ਉਹ ਹਜੇ 9 ਕਿਲੋ ਦੀ ਇੰਨੀ ਘੱਟ ਪੇਮੈਂਟ ਨਹੀਂ ਹੈ, ਹੋਰ ਵੀ ਜ਼ਿਆਦਾ ਹੋਏਗੀ ਜਿਹੜੀ ਕਿ ਅਸੀਂ ਪੁੱਛਗਿੱਛ ਦੌਰਾਨ ਪਤਾ ਲੱਗੇਗਾ ਕਿ ਇਹਦੇ ਬਦਲੇ ਇਹਨਾਂ ਨੇ ਹੋਰ ਡਰੱਗ ਖਰੀਦਿਆ ਜਾਂ ਫਿਰ ਕਿਤੇ ਹੋਰ ਕੋਲ ਪੇਮੈਂਟ ਪਈ ਹੈ ਜਾਂ ਇਹਨਾਂ ਦਾ ਹੋਰ ਕੋਈ ਸਾਥੀ ਵੀ ਹੋ ਸਕਦਾ ਹੈ, ਉਹ ਸਾਰਾ ਜਿਹੜਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਕੇ ਉਹਦੇ ਖਿਲਾਫ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ। ਜਿਹੜਾ 20 ਸਾਲ ਦਾ ਮੁੰਡਾ ਤੁਸੀਂ ਦੱਸ ਰਹੇ ਕਿ ਮੇਨ ਸਰਗਨ ਆ, ਇਹਦੇ ਉੱਪਰ ਵੀ ਕੋਈ ਹੋ ਸਕਦਾ ਹੈ ਕਿ ਇਹ ਬਿਲਕੁਲ ਹੋ ਸਕਦਾ ਜੀ, ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਕਿ ਅੱਗੇ ਇਹ ਹੋ ਸਕਦਾ ਅੱਗੇ ਇਹਦਾ ਸਪਲਾਇਰ ਤੋਂ ਡਾਇਰੈਕਟ ਲੈ ਕੇ ਆਉਂਦੇ ਹੋ, ਉਸ ਦਾ ਇਹਦਾ ਕੋਈ ਸਰਗਨਾ ਹੋ, ਇਹ ਕੋਈ ਸ਼ੱਕ ਨਹੀਂ, ਇਹ ਹਜੇ ਪੁੱਛਗਿੱਛ ਸਾਰੀ ਚੀਜ਼ਾਂ ਕਲੀਅਰ ਹੋਏਗੀ। ਠੀਕ ਹੈ ਸਰ, ਬੈਠੇ ਰਹੀ।